जीवन साडा सफल हो गया वा इस करके अज असी अपने नगर चो गिरफ्तारी दे रहे हैं। साडे मन की तमन्ना तो यही भी असी श्री अकाल तख्त साहब जाते हरिमंदर साहब गुरु रामदास के चरणों से जाते उत्थे नमस्कार करके तो असी सवेरे 7 बजे एस एस पी साहब तन तारण फोन करता ही भी साहब बहादुर दसो असी कितने गिरफ्तारी दीए पर उन्होंने मेरा हूँ ही फोन पर गल हुई आ एस एस पी तन तारण साहब ने कहा भी जदों तुम अकाल तख्त तो नमस्कार कर लोगे बाबा जी उदों सानू फोन कर दौ पर असी जदों घर आ के तैयार तुर इनान पानी किया तो पुलिस ने चार सवेरा ही घेर लिया तो इस करके चलो गिरफ्तारी तो हाँ देनी देनी ही असी कोई ना तो क्या वा भी असं किया नहीं किया वा गुरु साहब वास्ते साडा परिवार भी तैयार आ साडी सिंघणी भी हुणे मीडिया च कह के हटी भी इन्हां तों बाद इह जे सेवा कोई करेगा अपना बेद भी करेगा तो उहनूं सोधा मैं लावांगी। मैं फख्र महसूस करदा वा भी महाराज सच्चे पातशाह मैनूं ऐसे जिहा परिवार दित्ता बाकी साडे परिवार दा सारे नगर नूं पता ना कदी किसे नाल लड़ के वेख्या तो कौम दीआं सेवावां करदीआं वा इत्थे लोड़वंद बच्चों नूं पढ़ाई दा भी आ फीसा सारा कुछ लोड़वंद परिवारां राशन दी सेवा करदे आ असीं कदी तक मीडिया ते नहीं पाईआं सेवावां ਵੀ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਚੜ ਕੇ ਆਵੇ ਉਹਨੂੰ ਮੈਂ ਮਾਰਨਾ ਵਾ ਇਹ ਉਸ ਮਿਸਲ ਦਾ ਸਾਨੂੰ ਮਾਰ ਕੇ ਸੇਵਾਦਾਰ ਬਣਾਇਆ ਅਸੀਂ ਪਹਿਲੋਂ ਵੱਡਿਆ ਭਾਗਾ ਵਾਲੇ ਹਾਂ ਤੇ ਹੁਣ ਸਾਡਾ ਜਿਹੜਾ ਧਰਤੀ ਤੇ ਆਇਆ ਵਾ ਉਹ ਜੀਵਨ ਸਾਡਾ ਸਫਲ ਹੋ ਗਿਆ ਵਾ ਇਸ ਕਰਕੇ ਇਹ ਅੱਜ ਅਸੀਂ ਆਪਣੇ ਨਗਰ ਚੋਂ ਗ੍ਰਿਫਤਾਰੀ ਦੇ ਰਹੇ ਹਾਂ ਸਾਡੇ ਮਨ ਦੀ ਤਮੰਨਾ ਤੇ ਇਹੀ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜਾਂਦੇ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਦੇ ਚਰਨਾਂ 'ਚ ਜਾਂਦੇ ਉੱਥੇ ਨਿਮਸਕਾਰ ਕਰਕੇ ਤੇ ਅਸੀਂ ਸਵੇਰੇ 7 ਵਜੇ ਐਸ ਐਸ ਪੀ ਸਾਹਿਬ ਤਨ ਤਾਰਨ ਨੂੰ ਫੋਨ ਕਰਤਾ ਸੀ ਵੀ ਸਾਹਿਬ ਪਾਤਰ ਦੱਸੋ ਅਸੀਂ ਕਿੱਥੇ ਗ੍ਰਿਫਤਾਰੀ ਲਈਏ ਪਰ ਉਹਨਾਂ ਨਾਲ ਮੇਰਾ ਹੁਣ ਹੀ ਫੋਨ ਤੇ ਕਰ ਲਈ ਆ ਐਸ ਐਸ ਪੀ ਤਨ ਤਾਰਨ ਸਾਹਿਬ ਨੇ ਕਿਹਾ ਜਦੋਂ ਕੋਈ ਕਾਰਨ ਤੱਕ ਤੋਂ ਨਿਮਸਕਾਰ ਕਰ ਲੋਗੇ ਬਾਬਾ ਜੀ ਉਹਦਾ ਸਾਨੂੰ ਫੋਨ ਕਰ ਦਿਓ ਪਰ ਅਸੀਂ ਜਦੋਂ ਘਰ ਆ ਕੇ ਤਿਆਰ ਤੋਂ ਸਿਨਾਰ ਬਣੇ ਕੀਤਾ ਤੇ ਪੁਲਿਸ ਨੇ ਚਾਰ ਸਵੇਰਾ ਹੀ ਘੇਰ ਲਿਆ ਤੇ ਇਸ ਕਰਕੇ ਚਲੋ ਗ੍ਰਿਫਤਾਰੀ ਤਾਂ ਦੇਣੀ ਦੇਣੀ ਸੀ ਅਸੀਂ ਕੋਈ ਨਾ ਤਾਂ ਕਿਹਾ ਵਾ ਕਿ ਅਸੀਂ ਕੀਤਾ ਨਹੀਂ ਕੀਤਾ ਵਾ ਗੁਰੂ ਸਾਹਿਬ ਆਤੇ ਸਾਡਾ ਪਰਿਵਾਰ ਵੀ ਚਾਹ ਰਿਹਾ ਸਾਡੇ ਸਿੰਘਣੀ ਵੀ ਹੁਣੇ ਮੀਡੀਆ 'ਚ ਕਹਿ ਕੇ ਨਹੀਂ ਵੀ ਇਹਨਾਂ ਤੋਂ ਬਾਅਦ ਇਹ ਜੇ ਸੇਵਾ ਕੋਈ ਕਰੇਗਾ ਆਪਣਾ ਬੇਦ ਵੀ ਕਰੇਗਾ ਤੇ ਉਹਨੂੰ ਸੋਤਾ ਮੈਂ ਲਾਵਾਂਗੀ ਮੈਂ ਫਖਰ ਮਹਿਸੂਸ ਕਰਦਾ ਵਾਂ ਵੀ ਮਾਤਾ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਪਰਿਵਾਰ ਦਿੱਤਾ ਬਾਕੀ ਸਾਡੇ ਪਰਿਵਾਰ ਦਾ ਸਾਰੇ ਨਗਰ ਨੂੰ ਪਤਾ ਨਾ ਕਿ ਕਿਸੇ ਨਾਲ ਲੜ ਕੇ ਵੇਖਿਆ ਇਹ ਕੌਮ ਦੀਆਂ ਸਵਾਵਾਂ ਕਰਦੀਆਂ ਵਾਂ ਇੱਥੇ ਲੋੜਵੰਦ ਬੱਚਿਆਂ ਨੂੰ ਪੜ੍ਹਾਈ ਦਾ ਵੀ ਆ ਫੀਸ ਦਾ ਸਾਰਾ ਕੁਝ ਲੋੜਵੰਦ ਪਰਿਵਾਰ ਰਾਸ਼ਨ ਦੀ ਸੇਵਾ ਕਰਦੇ ਆ ਅਸੀਂ ਕਦੇ ਤੱਕ ਮੀਡੀਆ ਤੇ ਨਹੀਂ ਪਾਈਆਂ ਸੋਆ ਸਾਡੇ ਸਰਪੰਚ ਨੂੰ ਪਤਾ ਸਾਡੇ ਨਗਰ ਨੂੰ ਪਤਾ ਵਾ ਸਾਡੇ ਸਰਪੰਚ ਸਾਹਿਬ ਸਰਦਾਰ ਚੋਕਾ ਜੀ ਸਾਡੇ ਕੋਲ ਰੁਕੇ ਨੇ ਔਰ ਇਹ ਇਹਨਾਂ ਪਿੱਛੇ ਜੇ ਜਦੋਂ ਡੀਸੀ ਸਾਹਿਬ ਸਾਡੇ ਪਿੰਡ ਦੇ ਲੱਗੇ ਆ ਗੁਰਪ੍ਰੀਤ ਜੀ ਖੈਰਾ ਸਾਹਿਬ ਇਹਨਾਂ ਨੇ ਐਡ ਦਿੱਤੀ ਅਖਬਾਰ ਦੇ ਵਿੱਚ ਵੀ ਬਾਬਾ ਜੀ ਆਹ ਸਵਾਲਾਂ ਕਰਦੇ ਤੇ ਸਾਡੇ ਘਰ ਜਦੋਂ ਅਖਬਾਰ ਆਈ ਮੈਂ ਸਭ ਸਰਪੰਚਾਂ ਨੂੰ ਕਿਹਾ ਕਿ ਸਰਪੰਚ ਸਾਹਿਬ ਆਪਣੇ ਦੇ ਗੁੱਟ ਦੀ ਸਵਾਲਾਂ ਚੱਲ ਰਹੀਆਂ ਸੀ ਇਹਨਾਂ ਨੂੰ ਅਖਬਾਰ ਵਿੱਚ ਦਿੱਤਾ ਬਾਬਾ ਜੀ ਵਿਆਹ ਵੀ ਕਰਦੇ ਕੁੜੀਆਂ ਦੇ ਲੋੜਵੰਦ ਸਵਾਲਾਂ ਰੱਖ ਦਿੰਦੇ ਔਰ ਬੱਚਿਆਂ ਨੂੰ ਪੜ੍ਹਾਉਂਦੇ ਵੀ ਆ ਕੇ ਵੀ ਸਾਥ ਦੇ ਪਰ ਨਾ ਅਸੀਂ ਕਦੀ YouTube ਤੇ ਪਾਇਆ ਵਾ ਨਾ ਕਦੀ Facebook ਤੇ ਪਾਇਆ ਵਾ ਅਸੀਂ ਤਾਂ ਗੁਰੂ ਸਾਹਿਬ ਦੇ ਗਾੜੇ ਸਵਾਲਾਂ ਦਿੰਦੇ ਆ ਤੇ ਲੋਕਾਂ ਦੇ ਅਸੀਸਾਂ ਲੈਂਦੇ ਲੋੜਵੰਦਾਂ ਦੀਆਂ ਤੇ ਮਹਾਰਾਜ ਹੁਣ ਅਸੀਂ ਆਪਣਾ ਪਰਿਵਾਰ ਵੀ ਸਾਡਾ ਜਿਹੜਾ ਉਹ ਮਿੱਤਰ ਇਤਨਾ ਸਵਾਲਾਂ ਕਰਦਾ ਰਹੇਗਾ ਮਹਾਰਾਜ ਚੜ੍ਹਦੀ ਕਲਾ ਸਾਡੇ ਪਰਿਵਾਰ ਦਾ ਸਾਡੇ ਨਾਲ ਬਹੁਤ ਜ਼ਿਆਦਾ ਜਿਹੜਾ ਉਹ ਸਹਿਯੋਗ ਹੈ ਇਹਨਾਂ ਨੇ ਬੜਾ ਵੱਡਾ ਸਹਿਯੋਗ ਦਿੱਤਾ ਜਿਹੜਾ ਉਹ ਸਾਡੇ ਘਰ ਆਇਆ ਤੇ ਜਿਹੜਾ ਉਹ ਸਾਡੇ ਮਗਰੋਂ ਵੀ ਆਜੇ ਉਹਨੂੰ ਵੀ ਲੱਤ ਪਾਣੀ ਜੋ ਵੀ ਸਾਡੇ ਕੋਲ ਕੋਈ ਹੁੰਦਾ ਵਾ ਉਹ ਦੇਖ ਦੂਰਦੇ ਜਿਹਦੇ ਬੰਦੀ ਜ਼ਰੂਰ ਸਾਡੀ ਛੋਟੀ ਆ ਪਰ ਸਵਾਵਾਂ ਵੱਡੀਆਂ ਜਿਹਦੇ ਬੰਦੀਆਂ ਨੂੰ ਸਾਡੀਆਂ ਸਵਾਵਾਂ ਵੱਡੀਆਂ ਸਾਡੇ ਕੋਲ ਬਾਬੇ ਬਾਦਸ਼ਾਹ ਨੇ ਸਾਡੇ ਘੋੜੀ ਵੀ ਪਾਇਆ ਵਾ ਇਸ ਕਰਕੇ ਬਾਬਾ ਗੱਦਲੀ ਸਾਹਿਬ ਜੀ ਅਸੀਂ ਜਦੋਂ ਸ਼ੇਖਿਆਨਾ ਦਾ ਮੋਰਚਾ ਲਾਇਆ ਵਿਆਸਾ ਤਰਿਆ ਦੇ ਉਦੋਂ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਸਾਡੇ ਨਾਲ ਹੀ ਅਸੀਂ ਪਹਿਲਾਂ 2 ਘੰਟੇ ਲਲਕਾਰ ਕੇ ਗੁਰਦੁਆਰੇ ਦੇ ਵਿੱਚ ਜੇ ਗੁਰੂ ਦੇ ਨਾਮ ਹੋ ਕੇ ਤੇ ਫਿਰ ਸ਼ੇਖਿਆਨਾ ਦੇ ਘਰ ਗਏ ਆ ਪਰ ਉਹ ਘਰ ਛੱਡ ਕੇ ਸਾਰਾ ਚਲ ਗਏ ਇਸ ਕਰਕੇ ਅਸੀਂ ਤੇ ਉਦੋਂ ਕੋਮ ਵਾਸਤੇ ਜੇਲ੍ਹ ਕੱਟੀ ਆ ਤੇ ਕੋਮ ਸਾਨੂੰ ਹਾਰ ਪਾ ਕੇ ਆਈ ਅੱਜ ਵੀ ਕੋਮ ਸਾਡੇ ਸਾਨੂੰ ਹਾਰ ਪਾ ਕੇ ਤੋ ਰਹੀ ਆ ਅਸੀਂ ਕੋਮ ਵਾਸਤੇ ਸਦਾ ਸਮਰਥ ਰਹੇ ਆ ਅਸੀਂ ਉਹਦਾ ਮਦਦ ਕੀਤਾ ਸਾਡੀ ਆਦਮੀ ਫੇਸਬੁੱਕ ਤੇ ਘੁੰਮਦੇ ਆ ਤੇ ਕੋਮ ਵਾਸਤੇ ਸਾਡਾ ਕਤਰਾ ਕਤਰਾ ਖੂਨ ਦਾ ਜਿਹੜਾ ਵਾ ਕੋਮ ਦਾ ਵਾ ਸਾਡਾ ਜਿਹੜਾ ਸਾਹ ਵਾ ਇਹ ਵੀ ਕੋਮ ਦਾ ਵਾ ਤੇ ਅੱਜ ਅਸੀਂ ਵੱਡੇ ਭਾਗਾ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਹੋ ਗਏ ਸਾਹ ਨੇ ਆਪ ਵਾ ਫੜ ਕੇ ਤੋ 3:30 ਵਜੇ ਇਕੱਠਾ ਆਈ ਆ ਤੇ ਅਸੀਂ ਉੱਥੇ 5:00 ਵਜੇ ਤੇ 35 ਮਿੰਟ ਤੇ ਗਏ ਆ ਇਹ ਸਵਾਵਾ ਸਤਿਗੁਰ ਨੇ ਸਾਡੇ ਕੋਲੋਂ ਲਈ ਆ ਅਸੀਂ ਬੜਾ ਸਤਿਗੁਰ ਦਾ ਦੇਣ ਨਹੀਂ ਦੇ ਸਕਦੇ ਸਾਡਾ ਰੋਮ ਰੋਮ ਮਹਾਰਾਜ ਦਾ ਕਰਿਆ ਧੰਨ ਹੋ ਗਏ ਸਾਹ ਤੇ ਜਿੰਦਰ ਕੇ ਸਾਡੇ ਮਨ ਚ ਫੁਰਨਾ ਹੀ ਜਦੋਂ ਅਸੀਂ
वाहिगुरु जी का खालसा।